ਜੇਕਰ ਆਪਾਂ ਦੇਖੀਏ ਮਨੁੱਖਾ ਜੀਵਨ ਦਾ ਪ੍ਰਯੋਜਨ, ਜਿਸ ਨੂੰ ਕਿਹਾ ਜਾਂਦਾ ਕਿ ਮਨੁੱਖਾ ਜੀਵਨ ਦਾ ਮਕਸਦ ਕੀ ਹੈ, ਕਿਸੇ ਨੂੰ ਪੁੱਛੋ ਕਿ ਭਾਈ ਤੈਨੂੰ ਵਾਹਿਗੁਰੂ ਪਰਮੇਸ਼ਰ ਨੇ ਬੜਾ ਬੇਸ਼ਕੀਮਤੀ ਮਨੁੱਖਾ ਤਨ ਮਨੁੱਖਾ ਦੇ ਦਿੱਤੀ ਹੈ, ਇਹ ਤੂੰ ਕਿਸ ਵਾਸਤੇ ਹਾਸਲ ਕੀਤੀ ਹੈ? ਸਹੀ ਜਵਾਬ ਕੋਈ ਵਿਰਲਾ ਹੀ ਦੇ ਸਕੇਗਾ। ਬਹੁਤ ਘੱਟ ਪ੍ਰਾਣੀ ਹੋਣਗੇ ਜਿਹੜੇ ਇਸ ਗੱਲ ਦਾ ਸਹੀ ਜਵਾਬ ਦੇ ਸਕਣ। ਇਸ ਗੱਲ ਦਾ ਸਹੀ ਉੱਤਰ ਉਹੀ ਦੇ ਸਕਦਾ ਹੈ ਜਿਹੜੇ ਸਤਸੰਗਤ ਕਰਦੇ ਹੈ। ਗੁਰੂ ਮਹਾਰਾਜ ਜੀ ਦੀ ਪਾਵਨ ਹਜ਼ੂਰੀ ਵਿੱਚ ਆ ਕੇ ਮਨ ਨੂੰ ਇਕਾਗਰ ਕਰਕੇ ਕੀਰਤਨ ਕਥਾ ਭਜਨ ਵਾਹਿਗੁਰੂ ਪਰਮੇਸ਼ਰ ਦੀ ਮਹਿਮਾ ਮਨੁੱਖਾ ਜੀਵਨ ਦੀ ਮਹਾਨਤਾ ਦਾ ਗਿਆਨ ਗੁਰਮਤ ਦਾ ਗਿਆਨ ਸੰਗਤ ਵਿੱਚ ਬੈਠ ਕੇ ਸੁਣਦੇ ਹੈ। ਨਹੀਂ ਤਾਂ ਜ਼ਿਆਦਾਤਰ ਜਿਹੜੀ ਸ੍ਰਿਸ਼ਟੀ ਹੈ ਨਾ, ਉਹਨਾਂ ਨੇ ਮਨੁੱਖਾ ਜੀਵਨ ਦਾ ਪ੍ਰਯੋਜਨ ਇੰਨਾ ਕੀ ਸਮਝਿਆ ਹੋਇਆ ਹੈ, ਰਹਿਣ ਗਵਾਈ ਸੋਏ ਕਹਿ ਦਿਵਸ ਗਵਾਇਆ ਖਾਏ, ਕਿ ਰਾਤ ਸੌਂ ਕੇ ਗੁਜ਼ਾਰਨੀ ਹੈ, ਦਿਨ ਖਾ ਪੀ ਕੇ ਗੁਜ਼ਾਰ ਲੈਣਾ, ਜਾਂ ਜਿੰਨਾ ਕੁ ਹੋ ਸਕਿਆ ਕੰਮ ਧੰਦੇ ਕਰ ਲਏ। ਇਸ ਤੋਂ ਵੱਧ ਮਨੁੱਖਾ ਜੀਵਨ ਦਾ ਲੋਕ ਪ੍ਰਯੋਜਨ ਹੀ ਨਹੀਂ ਸਮਝਦੇ। ਪਰ ਸਤਿਗੁਰੂ ਜੀ ਸਾਨੂੰ ਗਿਆਤ ਕਰਾਉਂਦੇ ਆ, ਸਿੱਖਿਆ ਦਿੰਦੇ ਆ, ਸਮਝਾਉਂਦੇ ਆ ਕਿ ਮਨੁੱਖ ਤੋਂ ਖਾਣ ਪੀਣ ਵਾਸਤੇ ਸੰਸਾਰ 'ਤੇ ਨਹੀਂ ਆਇਆ। ਮਹਾਰਾਜ ਕਹਿੰਦੇ ਪੇਟ ਭਰਿਓ ਪਸ਼ੂਆ ਜਿਉਂ ਸੋਇਓ, ਮਨੁੱਖ ਜਨਮ ਹੈ ਹਾਰਿਓ। ਪੇਟ ਭਰ ਕੇ ਸੌਂ ਗਿਆ ਔਰ ਖਾ ਕੇ ਸੌਂ ਗਿਆ ਔਰ ਪਸ਼ੂਆਂ ਵਰਗੀ ਆਪਣੀ ਜ਼ਿੰਦਗੀ ਗੁਜ਼ਾਰ ਲਈ। ਪਸ਼ੂ ਕੀ ਕਰਦੇ ਆ? ਪਸ਼ੂ ਇੱਕ ਪੱਖ ਤੋਂ ਦੇਖਿਆ ਜਾਏ ਤਾਂ ਸਾਡੇ ਨਾਲੋਂ ਵੀ ਚੰਗੇ ਆ, ਬਹੁਤ ਉੱਤਮ ਹਨ। ਜੇ ਪਸ਼ੂ ਖਾਂਦਾ ਅਸੀਂ ਵੀ ਖਾ ਲੈਂਦੇ ਹਾਂ, ਜੇ ਪਸ਼ੂ ਸੌਂਦਾ ਅਸੀਂ ਵੀ ਸੌਂ ਲੈਂਦੇ ਹਾਂ, ਜੇ ਹੋਰ ਗੰਭੀਰਤਾ ਨਾਲ ਪਸ਼ੂਆਂ ਦੇ ਜੀਵਨ ਵੱਲ ਵੇਖੀਏ ਤਾਂ ਜਿਹੜੀਆਂ ਪਸ਼ੂਆਂ ਦੀਆਂ ਆਦਤਾਂ ਉਹੀ ਮਨੁੱਖ ਦੀਆਂ ਆਦਤਾਂ ਹਨ। ਧਾਰਮਿਕ ਗ੍ਰੰਥਾਂ ਵਿੱਚ ਕਿਹਾ ਹੈ, ਨਰਨ ਗਿਆਨ ਨਿਜ ਅਧਿਕਤਾ, ਗਿਆਨ ਬਿਨਾਂ ਪਸ ਜਾਣ। ਮਨੁੱਖ ਦੇ ਅੰਦਰ ਇੱਕ ਵਾਹਿਗੁਰੂ ਨੇ ਬੁੱਧੀ ਦਾ ਯੰਤਰ ਫਿੱਟ ਕੀਤਾ ਹੈ, ਇੱਕ ਮਸ਼ੀਨ ਲਾਈ ਹੈ ਕਿ ਇਸ ਨੂੰ ਚੰਗੇ ਮਾੜੇ ਦਾ ਗਿਆਨ ਹੈ। ਇੰਨੀ ਕੁ ਸੋਝੀ ਪਰਮਾਤਮਾ ਨੇ ਇਹਨੂੰ ਦਿੱਤੀ ਹੈ, ਵਾਹਿਗੁਰੂ ਨੇ ਦਿੱਤੀ ਹੈ ਕਿ ਆਹ ਕੰਮ ਤੇਰੇ ਲਈ ਕਰਨਾ ਚੰਗਾ, ਆਹ ਕੰਮ ਕਰਨਾ ਤੇਰੇ ਲਈ ਮਾੜਾ, ਆਹ ਕਰਮ ਪੁੰਨ ਦਾ ਹੈ, ਆਹ ਕਰਮ ਪਾਪ ਦਾ ਹੈ। ਪਾਪ ਕਰੇਗਾ ਨਰਕਾਂ ਦਾ ਭਾਗੀ ਹੋਵੇਗਾ, ਪੁੰਨ ਕਰੇਗਾ ਤੈਨੂੰ ਵਾਹਿਗੁਰੂ ਦੀ ਦਰਗਾਹ ਵਿੱਚ ਥਾਂ ਮਿਲੇਗੀ।